ਕਿਸਾਨਾਂ ਵੱਲੋਂ ਬੱਚਿਆਂ ਵਾਂਗ ਪਾਲੀ ਦੀ ਫਸਲ ਨੂੰ ਅੱਗ ਲੱਗਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ੀ ਘਟਨਾ ਹੈ ਜ਼ਿਲ੍ਹਾ ਮੋਗਾ ਦੇ ਪਿੰਡ ਬੁੱਕਣਵਾਲਾ ਤੇ ਸਿੰਘਵਾਲਾ ਦੀ, ਜਿੱਥੇ 100 ਏਕੜ ਤੋਂ ਜ਼ਿਆਦਾ ਤਿਆਰ ਹੋਈ ਫਸਲ ਅੱਗ ਦੀ ਭੇਟ ਚੜ ਗਈ। ਜਾਣਕਾਰੀ ਦੇ ਅਨੁਸਾਰ ਬੁੱਕਣਵਾਲਾ ਦੇ ਵਿੱਚ ਸ਼ੁਰੂ ਹੋਈ ਅੱਗ ਨਾਲ ਲੱਗਦੇ ਪਿੰਡ ਸਿੰਘਾਵਾਲਾ ਤੱਕ ਪਹੁੰਚ ਗਈ। ਹਾਲਾਂਕਿ ਇਲਾਕੇ ਦੇ ਲੋਕਾਂ ਤੇ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਭਾਰੀ ਮੁਸ਼ਕਲਾਂ ਤੋਂ ਬਾਅਦ ਅੱਗ ਨੂੰ ਬੁਝਾ ਲਿਆ, ਪਰ ਫਿਰ ਵੀ ਇਹ ਅੱਗ ਬੁਝਦੇ ਬੁਝਦੇ 100 ਏਕੜ ਫਸਲ ਨੂੰ ਖਾਕ ਕਰ ਗਈ। ਮੀਡੀਆ ਦੇ ਰੂਬਰੂ ਹੁੰਦੇ ਪੀੜਤ ਕਿਸਾਨਾਂ ਨੇ ਸਰਕਾਰ ਵੱਲੋਂ ਗਿਰਦਾਵਰੀ ਕਰਾ ਕੇ ਉਚਿਤ ਮੁਆਵਜ਼ੇ ਦੀ ਜਲਦ ਮੰਗ ਕੀਤੀ ਹੈ। ਇੱਥੇ ਮੌਕੇ 'ਤੇ ਅੱਗ ਨਾਲ ਲੱਗੀ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਦੋਵਾਂ ਪਿੰਡਾਂ ਵਿੱਚ ਕੁੱਲ 90 ਏਕੜ ਤੋਂ ਜ਼ਿਆਦਾ ਫਸਲ ਸਵਾਹ ਹੋ ਗਈ ਹੈ, ਜਿਸ ਦੀ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ। ਪਿੰਡ ਸਿੰਘਾਵਾਲੀ ਤੇ ਬਾਬਾ ਜੀ ਦੀ ਸੇਵਾ ਕਰਦੇ ਆ। ਹਾਂਜੀ, ਤੇ ਕੀ ਕਾਰਨ ਵਾਪਰਿਆ ਸਮਝਿਆ ਜੀ? ਇਹ ਇੱਧਰ ਮੰਡੀਆਂ ਤੋਂ ਅੱਗੇ ਲੱਗੀ ਆ ਤੇ ਅੱਜ ਤੱਕ ਵੀ ਵਧੀ ਗਈ। ਮੇਰੇ ਵੀਰ ਦੇ 5 ਕਿੱਲੇ ਪੈਰੀ ਦੇ ਆ ਤੇ ਨਾਲ ਕੋਈ ਮਾਮਲੇ ਦੇ ਨਹੀਂ ਆ ਤੇ ਸਰਕਾਰਾਂ ਕੋਲ ਸੋਚਣ, ਬਹੁਤ ਵੱਡੇ ਵੱਡੇ ਖਾਤੇ ਕਰੀ ਜਾਂਦੇ ਤੇ ਗਰੀਬਾਂ ਬਾਰੇ ਸੋਚਣ, ਇਹ ਅੰਨਦਾਤਾ ਆਪਣੇ ਇਹਨਾਂ ਬਾਰੇ ਸੋਚਣ ਵੀ ਜਿਹੜੀ ਫਸਲ ਬਚ ਸਕੇ। ਵਿਚਾਰਾ ਸਾਲ ਭਰ ਮਿਹਨਤ ਕਰਕੇ ਆ, ਵੇਖੋ ਕੀ ਹਾਲ ਆ ਵਿਚਾਰੇ ਦਾ। ਨੁਕਸਾਨ ਬਹੁਤ ਜ਼ਿਆਦਾ ਹੋ ਗਿਆ, ਬੁੱਕਣ ਵਾਲੇ ਪਿੰਡ ਤੋਂ ਆਈ ਜੀ, ਉੱਥੋਂ ਵੱਧਦੀ ਹੋਈ ਸਿੰਘਾਂ ਵਾਲੇ ਨੂੰ ਆ ਗਈ ਜੀ। ਕਿੰਨੇ ਕੁ ਕਿੱਲੇ ਮੱਚੇ ਜੀ? 250-300 ਕਿੱਲਾ ਜੀ, ਵਿੱਚ ਟਾਂਗਰ ਵਿੱਚ ਕਣਕ ਪੱਕਣ ਦਾ ਅੱਜ ਹਜੇ ਬਾਅਦ ਚ ਲੱਗੂਗਾ ਜੀ। ਤੇ ਫੈਰੋ ਗੇੜ ਵਾਲੇ ਕਿਵੇਂ ਟਾਈਮ ਤੇ ਪਹੁੰਚ ਗਏ ਸੀ? ਹਾਂਜੀ ਪਹੁੰਚ ਗਏ ਸੀਗੇ। ਕੋਈ ਪ੍ਰਸ਼ਾਸਨ ਘਰ ਆਇਆ ਜੀ ਇੱਥੇ ਕੋਈ? ਹੁਣ ਤਹਿਸੀਲਦਾਰ ਸਾਹਿਬ ਆਏ ਆ ਜੀ। ਠੀਕ ਹੈ, ਤੇ ਕੀ ਮੰਗ ਕਰੋ ਸਰਕਾਰ? ਸਮਾਜਮ ਵੀ ਆਏ। ਕੀ ਮੰਗ ਕਰੋ ਸਰਕਾਰ ਤੋਂ? ਮੰਗ ਤਾਂ ਜੀ ਇਹੀ ਕਰਦੇ ਹਾਂ, ਕਿਸਾਨੀ 'ਚ ਅੱਗੇ ਬਹੁਤ ਜ਼ਿਆਦਾ ਬੁਰਾ ਹਾਲ ਆ, ਕੁੱਤਾਂ ਵਾਂਗੂ ਪਾਲੀ ਫਸਲ ਦੀ ਕਿਸਾਨਾਂ ਦੀ, ਜਿਹਦਾ ਜਿਹਦਾ ਵੀ ਨੁਕਸਾਨ ਹੋਇਆ ਬਣਦਾ ਜੋ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਵੇ। ਬੁੱਕਣਵਾਲਾ ਸਾਈਡ ਤੋਂ ਅੱਗ ਲੱਗੀ ਆ, ਜਿਹੜੀ ਕਿ ਸਿੰਘ ਵਾਲੇ ਏਰੀਏ 'ਚ ਚਲੀ ਗਈ। ਤਕਰੀਬਨ ਬੁੱਕਣਵਾਲੇ 40-45 ਏਕੜ ਉੱਧਰ ਕਣਕ ਅੱਗ ਲੱਗੀ, 40-45 ਏਕੜ ਲਗਭਗ ਇੱਧਰ ਹੈਗੀ ਆ। ਅੱਗੇ ਪਟਵਾਰੀ ਜੀ ਹੁਣ ਸਾਨੂੰ ਰਿਪੋਰਟ ਦੇਊਗਾ ਵੀ ਇਹਦੇ 'ਚ ਕਿੰਨੀ ਕਣਕ ਆ, ਕਿੰਨੀ ਦੂਸਰਾ ਜਿਹੜੀ ਕਣਕ ਵੱਢੀ ਹੋਈ ਆ, ਉਸ ਕਣਕ ਵੱਢੀ ਹੋਈ ਵੀ ਹੈਗੀ ਵਿੱਚ, ਕਿਹੜਾ ਨਵੀਂ ਰਿਪੋਰਟ ਸਾਨੂੰ ਪਟਵਾਰੀ ਦੇਊਗਾ ਜੋ ਸਰਕਾਰ ਨੂੰ ਭੇਜੀ ਜਾਵੇ। ਮੋਗਾ ਤੋਂ ਪੱਤਰਕਾਰ ਸੰਜੀਵ ਅਰੋੜਾ ਤੇ ਕੈਮਰਾਮੈਨ ਰਜਿੰਦਰ ਕੁਮਾਰ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦ ਟੀਵੀ NRI।